ਅਸੀਂ ਨਾ ਇੱਕ ਇਦਾਂ ਦਾ ਤਰੀਕਾ ਲੱਭਿਆ ਜਿਹਦੇ ਨਾਲ ਤੁਸੀਂ ਆਪਣੀ ਕ੍ਰੈਡਿਟ ਕਾਰਡ ਦੀ ਬਿੱਲ ਪੇਮੈਂਟ ਕਰਕੇ ਸਿੱਧਾ 1% ਦਾ ਕੈਸ਼ਬੈਕ ਕਮਾ ਸਕਦੇ ਹੋ। ਤੇ ਸਾਰਾ ਕੁਝ ਕਰਨ ਲਈ ਤੁਹਾਨੂੰ ਕਿਸੇ ਵੀ ਥਰਡ ਪਾਰਟੀ ਐਪ ਜਿਵੇਂ ਕਿ ਕ੍ਰੈਡਿਟ ਚੈੱਕ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਕੁਝ ਪੋਸੀਬਲ ਹੈ HDFC ਬਿੱਲ ਪੇ ਯੂਜ਼ ਕਰਕੇ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਤਰੀਕੇ ਦੀਆਂ ਸਾਰੀਆਂ ਡਿਟੇਲਸ ਦੱਸੂੰਗਾ ਕਿ ਕਿਹੜੀ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਮਿਲੇਗਾ, ਪੇਮੈਂਟ ਐਗਜ਼ੈਕਟਲੀ ਕਰਨੀ ਕਿਵੇਂ ਆ ਤੇ ਕੈਸ਼ਬੈਕ ਤੁਸੀਂ ਯੂਜ਼ ਕਿਵੇਂ ਕਰ ਸਕਦੇ ਹੋ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਬਿੱਲ ਪੇਮੈਂਟ ਕਿਸੇ ਥਰਡ ਪਾਰਟੀ ਐਪ ਤੋਂ ਕਰਦੇ ਹੋ ਤਾਂ ਉੱਥੇ ਕੈਸ਼ਬੈਕ ਦੀ ਗਰੰਟੀ ਨਹੀਂ ਹੁੰਦੀ। ਕ੍ਰੈਡਿਟ ਦੇ ਵਿੱਚ ਕ੍ਰੈਡਿਟ ਕੋਇਨਸ ਮਿਲਦੇ ਜਿਨ੍ਹਾਂ ਦਾ ਕਨਵਰਜਨ ਤਾਂ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ। ਚੈੱਕ ਦੇ ਵਿੱਚ ਪਹਿਲਾਂ ਵਧੀਆ ਰਿਵਾਰਡਸ ਮਿਲਦੇ ਸੀ ਬਟ ਹੁਣ ਉਹਨਾਂ ਨੇ ਵੀ ਘਟਾਤੇ ਆ। ਬਟ HDFC ਬਿੱਲ ਪੇ ਪਿਛਲੇ 4-5 ਸਾਲ ਤੋਂ ਕੰਸਿਸਟੈਂਟਲੀ ਲਗਾਤਾਰ 1% ਕੈਸ਼ਬੈਕ ਦੇ ਰਿਹਾ। ਅੱਗੇ ਮੂਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਲੈਰੀਫਾਈ ਕਰਦਾ ਕਿ ਇਸ ਕੈਸ਼ਬੈਕ ਨੂੰ ਲੈਣ ਦੇ ਲਈ ਤੁਹਾਡੇ ਕੋਲ HDFC ਦਾ ਸੇਵਿੰਗ ਅਕਾਊਂਟ ਹੋਣਾ ਚਾਹੀਦਾ। ਕ੍ਰੈਡਿਟ ਕਾਰਡ ਕੋਈ ਵੀ ਹੋ ਸਕਦਾ ਬਟ ਸੇਵਿੰਗ ਅਕਾਊਂਟ HDFC ਦਾ ਹੀ ਹੋਣਾ ਚਾਹੀਦਾ, ਅਦਰਵਾਈਜ਼ ਤੁਹਾਨੂੰ ਇਹ ਕੈਸ਼ਬੈਕ ਨਹੀਂ ਮਿਲੇਗਾ ਕਿਉਂਕਿ ਇਸ ਤਰੀਕੇ ਦੇ ਵਿੱਚ ਤੁਸੀਂ ਆਪਣੀ ਕ੍ਰੈਡਿਟ ਕਾਰਡ ਦੀ ਪੇਮੈਂਟ HDFC ਦੇ ਡੈਬਿਟ ਕਾਰਡ ਤੋਂ ਕਰਨੀ ਹੈ। ਇਸੇ ਕਰਕੇ ਤੁਹਾਡਾ ਜਿਹੜਾ 1% ਕੈਸ਼ਬੈਕ ਹੈ ਉਹ ਤੁਹਾਨੂੰ HDFC ਦੇ ਡੈਬਿਟ ਕਾਰਡ ਤੇ ਮਿਲੇਗਾ। ਚਲੋ ਹੁਣ ਐਗਜ਼ੈਕਟਲੀ ਇਹ ਦੇਖ ਲੈਂਦੇ ਹਾਂ ਕਿ ਪ੍ਰੋਸੈਸ ਕੀ ਹੈ। ਸਭ ਤੋਂ ਪਹਿਲਾਂ ਤੁਸੀਂ HDFC ਦੀ ਵੈਬਸਾਈਟ ਤੇ ਜਾ ਕੇ ਨੈਟ ਬੈਂਕਿੰਗ ਅਕਾਊਂਟ ਦੇ ਵਿੱਚ ਜਾਣਾ ਹੋਵੇਗਾ। ਜਿਵੇਂ ਕਿ ਤੁਹਾਨੂੰ ਸਕਰੀਨ ਤੇ ਵੀ ਦਿਖ ਰਿਹਾ ਉੱਥੇ ਤੁਹਾਨੂੰ ਰੀਚਾਰਜ ਤੇ ਬਿੱਲ ਪੇ ਦਾ ਆਪਸ਼ਨ ਦਿਖ ਜਾਏਗਾ। ਇਹਦੇ ਤੇ ਜਿਵੇਂ ਤੁਸੀਂ ਕੰਟੀਨਿਊ ਤੇ ਕਲਿੱਕ ਕਰੋਗੇ ਤਾਂ ਕੁਝ ਇਦਾਂ ਦੀ ਸਕਰੀਨ ਖੁੱਲ ਜਾਏਗੀ। ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕ੍ਰੈਡਿਟ ਕਾਰਡ ਸਿਲੈਕਟ ਕਰਨ ਦਾ ਆਪਸ਼ਨ ਮਿਲ ਜਾਏਗਾ ਤੇ ਜਿਵੇਂ ਤੁਸੀਂ ਕ੍ਰੈਡਿਟ ਕਾਰਡ ਵਾਲਾ ਆਪਸ਼ਨ ਸਿਲੈਕਟ ਕਰੋਗੇ ਤੁਹਾਨੂੰ ਆਲਮੋਸਟ ਸਾਰੇ ਹੀ ਕ੍ਰੈਡਿਟ ਕਾਰਡ ਦੇ ਆਪਸ਼ਨ ਮਿਲ ਜਾਣਗੀਆਂ। ਹੁਣ ਇੱਥੇ ਮੈਂ ਦੋ ਮੇਜਰ ਪੁਆਇੰਟ ਹਾਈਲਾਈਟ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਸ ਮੈਥਡ ਦੇ ਵਿੱਚ ਇੱਕ ਬਹੁਤ ਵੱਡਾ ਲੂਪ ਹੋਲ ਹੈ। ਇੱਥੇ HDFC ਦੇ ਖੁਦ ਦੇ ਕ੍ਰੈਡਿਟ ਕਾਰਡ ਸਪੋਰਟਡ ਨਹੀਂ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ HDFC ਬੈਂਕ ਵੱਲੋਂ ਇੱਕ ਬਹੁਤ ਹੀ ਵੱਡਾ ਮਿਸ ਹੈ। ਬਟ ਟੈਨਸ਼ਨ ਨਾ ਲਓ, ਸਾਡੇ ਕੋਲ ਇਹਦਾ ਇੱਕ ਅਲਟਰਨੇਟਿਵ ਹੈ ਜਿੱਥੇ ਤੁਸੀਂ 1% ਕੈਸ਼ਬੈਕ ਲੈ ਸਕਦੇ ਹੋ ਤੇ ਉਹ ਅਲਟਰਨੇਟਿਵ ਤੁਹਾਨੂੰ ਇਸ ਵੀਡੀਓ ਦੇ ਐਂਡ 'ਚ ਪਤਾ ਲੱਗ ਜਾਏਗਾ। ਤੇ ਦੂਸਰਾ ਪੁਆਇੰਟ ਇਹ ਹੈ ਕਿ ਤੁਹਾਨੂੰ ਕਿੰਨਾ ਕੈਸ਼ਬੈਕ ਮਿਲੇਗਾ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਤੁਹਾਡੇ ਕੋਲ ਕਿਹੜਾ HDFC ਦਾ ਡੈਬਿਟ ਕਾਰਡ ਹੈ। ਮਤਲਬ ਕਿ ਜੇਕਰ ਤੁਹਾਡੇ ਕੋਲ HDFC ਦਾ ਈਜ਼ੀ ਸ਼ੌਪ ਪਲੈਟੀਨਮ ਡੈਬਿਟ ਕਾਰਡ ਹੈ ਤਾਂ ਤੁਹਾਨੂੰ 1% ਦਾ ਕੈਸ਼ਬੈਕ ਮਿਲੇਗਾ ਜੋ ਕਿ ਮੈਕਸਿਮਮ 750 ਰੁਪਏ ਤੱਕ ਹੋਏਗਾ 1 ਮਹੀਨੇ ਦਾ। ਮਤਲਬ ਕਿ ਜੇਕਰ ਤੁਸੀਂ 75,000 ਤੱਕ ਕ੍ਰੈਡਿਟ ਕਾਰਡ ਦਾ ਬਿੱਲ ਭਰਦੇ ਹੋ ਤਾਂ ਤੁਹਾਨੂੰ 1% ਕੈਸ਼ਬੈਕ ਮਿਲੇਗਾ। ਜੇਕਰ ਉਸ ਤੋਂ ਜ਼ਿਆਦਾ ਭਰਦੇ ਹੋ ਤਾਂ 1% ਤੋਂ ਘੱਟ ਮਿਲੇਗਾ। ਈਜ਼ੀ ਸ਼ੌਪ ਤੋਂ ਇਲਾਵਾ ਈਜ਼ੀ ਸ਼ੌਪ ਇੰਪੀਰੀਆ, ਪ੍ਰੈਫਰਡ, ਕਲਾਸਿਕ ਐਂਡ ਵੂਮੈਨਸ ਐਡਵਾਂਟੇਜ ਤੇ ਵੀ ਤੁਹਾਨੂੰ 750 ਦਾ ਕੈਸ਼ਬੈਕ ਮਿਲੇਗਾ। ਬਟ ਜੇਕਰ ਤੁਹਾਡੇ ਕੋਲ HDFC ਦਾ ਮਿਲੀਨੀਆ ਡੈਬਿਟ ਕਾਰਡ ਹੈ ਤਾਂ ਤੁਹਾਨੂੰ ਮੈਕਸਿਮਮ 400 ਰੁਪਏ ਤੱਕ ਦਾ ਹੀ ਕੈਸ਼ਬੈਕ ਮਿਲੇਗਾ 1 ਮਹੀਨੇ ਦੇ ਵਿੱਚ। ਫੋਰ ਐਗਜ਼ਾਮਪਲ ਜੇਕਰ ਤੁਸੀਂ 40,000 ਰੁਪਏ ਦਾ ਕ੍ਰੈਡਿਟ ਕਾਰਡ ਦਾ ਬਿੱਲ ਪੇ ਕਰਦੇ ਹੋ ਤਾਂ ਤੁਹਾਨੂੰ 1% ਕੈਸ਼ਬੈਕ ਮਿਲੇਗਾ। ਜੇਕਰ ਉਸ ਤੋਂ ਜ਼ਿਆਦਾ ਕਰਦੇ ਹੋ ਤਾਂ 1% ਤੋਂ ਘੱਟ ਮਿਲੇਗਾ। ਹੁਣ ਅੱਗੇ ਮੂਵ ਕਰਦੇ ਹਾਂ। ਇੱਥੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਸਿਲੈਕਟ ਕਰ ਲਿਆ, ਹੁਣ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਡਿਟੇਲ ਭਰਨੀ ਹੈ ਤੇ ਬਿੱਲ ਅਮਾਊਂਟ ਭਰਨਾ ਹੈ। ਹੁਣ ਨੈਕਸਟ ਸਟੈਪ ਦੇ ਵਿੱਚ ਤੁਸੀਂ ਬਿੱਲ ਭਰਨਾ ਹੋਵੇਗਾ, ਪਰ ਇੱਥੇ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਬਿੱਲ ਪੇਮੈਂਟ ਕਰਨ ਲਈ ਤੁਸੀਂ ਡੈਬਿਟ ਕਾਰਡ ਦਾ ਆਪਸ਼ਨ ਚੂਜ਼ ਕਰਨਾ ਹੈ। ਬੈਂਕ ਅਕਾਊਂਟ ਸਿਲੈਕਟ ਕਰੋਗੇ ਤਾਂ ਤੁਹਾਨੂੰ 1% ਦਾ ਕੈਸ਼ਬੈਕ ਨਹੀਂ ਮਿਲੇਗਾ ਤੇ ਅਗਲੇ ਸਟੈਪ ਦੇ ਵਿੱਚ ਤੁਸੀਂ OTP ਭਰ ਕੇ ਆਪਣੀ ਪੇਮੈਂਟ ਆਥੋਰਾਈਜ਼ ਕਰਨੀ ਹੋਏਗੀ। ਹੁਣ ਇਹ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਿਆ ਇਹ HDFC ਬੈਂਕ ਦਾ ਨੈਟ ਬੈਂਕਿੰਗ ਪੋਰਟਲ ਯੂਜ਼ ਕਰਕੇ ਦੱਸਿਆ। ਇਹੀ ਸੇਮ ਚੀਜ਼ ਤੁਸੀਂ HDFC ਦੀ ਐਪਲੀਕੇਸ਼ਨ ਯੂਜ਼ ਕਰਕੇ ਵੀ ਕਰ ਸਕਦੇ ਹੋ। ਐਪਲੀਕੇਸ਼ਨ ਦੇ ਟਾਪ ਲੈਫਟ ਮੈਨਿਊ 'ਚ ਜਾ ਕੇ ਤੁਸੀਂ ਬਿੱਲ ਪੇ ਦਾ ਆਪਸ਼ਨ ਚੂਜ਼ ਕਰਨਾ, ਬਾਕੀ ਸਾਰੇ ਸਟੈਪਸ ਆਲਮੋਸਟ ਸੇਮ ਹੀ ਆ। ਹੁਣ ਇਹ ਤਾਂ ਗੱਲ ਹੋਊਗੀ ਕਿ ਕੈਸ਼ਬੈਕ ਕਿਵੇਂ ਕਮਾਉਣਾ ਹੈ। ਹੁਣ ਕੈਸ਼ਬੈਕ ਮਿਲੇਗਾ ਕਿੱਥੇ ਤੇ ਉਹਨੂੰ ਯੂਜ਼ ਕਿਵੇਂ ਕਰਨਾ ਹੈ ਉਹ ਵੀ ਦੇਖ ਲੈਂਦੇ ਆ। ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਟ੍ਰਾਂਜੈਕਸ਼ਨ ਕਰੋਗੇ, ਕੈਸ਼ਬੈਕ ਤੁਹਾਨੂੰ ਇਮੀਡੀਏਟਲੀ ਸ਼ੋਅ ਨਹੀਂ ਹੋਏਗਾ। ਇਸ ਕੈਸ਼ਬੈਕ ਨੂੰ ਸ਼ੋਅ ਹੋਣ ਲਈ ਘੱਟੋ ਘੱਟ 2 ਤੋਂ 3 ਦਿਨ ਲੱਗਦੇ ਆ ਤੇ ਇਸ ਕੈਸ਼ਬੈਕ ਨੂੰ ਦੇਖਣ ਦੇ ਲਈ ਤੁਸੀਂ HDFC ਦੇ ਨੈਟ ਬੈਂਕਿੰਗ ਪੋਰਟਲ 'ਚ ਜਾਣਾ ਹੋਏਗਾ। ਉੱਥੇ ਤੁਸੀਂ ਕਾਰਡ ਦੇ ਸੈਕਸ਼ਨ ਦੇ ਵਿੱਚ ਜਾ ਕੇ ਇਨਕੁਆਇਰ ਸੈਕਸ਼ਨ ਤੇ ਜਾਣਾ। ਜੇਕਰ ਕੋਈ ਕਨਫਿਊਜ਼ਨ ਹੈ ਤਾਂ ਸਕਰੀਨ ਤੇ ਤੁਸੀਂ ਰੈੱਡ ਐਰੋ ਨੂੰ ਫੋਲੋ ਕਰ ਸਕਦੇ ਹੋ। ਇੱਥੇ ਤੁਹਾਨੂੰ ਤੁਹਾਡੇ ਸਾਰੇ ਡੈਬਿਟ ਕਾਰਡ ਦਿਖ ਜਾਣਗੇ ਅਲੋਂਗ ਵਿਦ ਥੇਅਰ ਰਿਵਾਰਡ ਪੁਆਇੰਟਸ। ਹੁਣ ਇੱਥੇ ਤੁਹਾਨੂੰ ਤੁਹਾਡੇ ਰਿਵਾਰਡ ਪੁਆਇੰਟਸ ਤਾਂ ਦੇਖਣਗੇ ਤੇ ਇਹਦੇ ਨਾਲ ਨਾਲ ਇਹਨਾਂ ਰਿਵਾਰਡ ਪੁਆਇੰਟਸ ਨੂੰ ਰਿਡੀਮ ਕਰਨ ਦਾ ਆਪਸ਼ਨ ਵੀ ਮਿਲ ਜਾਏਗਾ। ਇਹ ਜੋ ਕੈਸ਼ਬੈਕ ਤੁਹਾਨੂੰ ਮਿਲੇਗਾ ਇਹਦੀ ਮੈਕਸਿਮਮ 1 ਸਾਲ ਦੀ ਵੈਲਿਡਿਟੀ ਹੁੰਦੀ ਆ। ਮਤਲਬ ਕਿ ਇਸ ਕੈਸ਼ਬੈਕ ਨੂੰ ਤੁਹਾਨੂੰ 1 ਸਾਲ ਦੇ ਵਿੱਚ ਯੂਜ਼ ਕਰਨਾ ਪਏਗਾ, ਅਦਰਵਾਈਜ਼ ਇਹਦੇ ਸਾਰੇ ਬੈਨੀਫਿਟਸ ਲੈਪਸ ਹੋ ਜਾਣਗੇ ਤੇ ਤੁਸੀਂ 1 ਵਾਰ 'ਚ ਘੱਟੋ ਘੱਟ 250 ਪੁਆਇੰਟ ਰਿਡੀਮ ਕਰ ਸਕਦੇ ਹੋ, ਉਸ ਤੋਂ ਘੱਟ ਨਹੀਂ। ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਕੋਲ ਕਿਹੜਾ ਡੈਬਿਟ ਕਾਰਡ ਹੈ ਕੋਈ ਮੈਟਰ ਨਹੀਂ ਕਰਦਾ। ਇੱਥੇ ਹਰ ਇੱਕ ਕਾਰਡ ਤੇ 1 ਪੁਆਇੰਟ ਦੀ ਵੈਲਿਊ 1 ਰੁਪਏ ਹੁੰਦੀ ਹੈ। ਸੋ ਤੁਸੀਂ ਜਿੰਨੇ ਪੁਆਇੰਟ ਰਿਡੀਮ ਕਰੋਗੇ ਉਨੇ ਹੀ ਰੁਪੀਸ ਦਾ ਕੈਸ਼ਬੈਕ ਅਗਲੇ ਦਿਨ ਤੁਹਾਡੇ HDFC ਅਕਾਊਂਟ ਦੇ ਵਿੱਚ ਰਿਫਲੈਕਟ ਹੋ ਜਾਏਗਾ। ਹੁਣ ਜੇਕਰ ਤੁਹਾਨੂੰ ਯਾਦ ਹੋਏਗਾ ਮੈਂ ਕਿਹਾ ਸੀ ਕਿ ਇਹ 1% ਕੈਸ਼ਬੈਕ ਤੁਹਾਨੂੰ HDFC ਕਾਰਡਸ ਤੇ ਨਹੀਂ ਮਿਲਦਾ ਤੇ ਨਾਲ ਮੈਂ ਇਹ ਵੀ ਕਿਹਾ ਸੀ ਕਿ ਇਹਦਾ ਇੱਕ ਅਲਟਰਨੇਟਿਵ ਵੀ ਹੈਗਾ ਜਿੱਥੇ ਤੁਸੀਂ ਇਹ ਕੈਸ਼ਬੈਕ ਲੈ ਸਕਦੇ ਹੋ। ਤਾਂ ਅਲਟਰਨੇਟਿਵ ਇਹ ਹੈ ਕਿ HDFC ਕ੍ਰੈਡਿਟ ਕਾਰਡ ਦੀ ਪੇਮੈਂਟ ਤੁਸੀਂ ਮੂਵੀ ਕੁਇਕ ਐਪ ਤੋਂ ਕਰ ਸਕਦੇ ਹੋ ਜਿੱਥੇ ਤੁਹਾਨੂੰ 1% ਦਾ ਸੁਪਰ ਕੈਸ਼ ਮਿਲ ਜਾਂਦਾ ਹੈ। ਪਰ ਉਹ ਕੈਸ਼ਬੈਕ ਤੁਹਾਨੂੰ ਮੂਵੀ ਕੁਇਕ ਵਾਲਟ 'ਚ ਹੀ ਮਿਲਦਾ। ਹਾਂ ਥੋੜਾ ਰੈਸਟ੍ਰਿਕਟਿਵ ਤਾਂ ਹੈ ਬਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਮੇਰੇ ਹਿਸਾਬ ਨਾਲ HDFC ਬਿੱਲ ਪੇ ਵਾਲਾ ਸਭ ਤੋਂ ਇਫੈਕਟਿਵ ਤਰੀਕਾ ਹੈ ਕ੍ਰੈਡਿਟ ਕਾਰਡ ਦਾ ਬਿੱਲ ਭਰ ਕੇ ਕੈਸ਼ਬੈਕ ਕਮਾਉਣ ਦਾ। ਜੇਕਰ ਤੁਹਾਨੂੰ ਇਸ ਤੋਂ ਬੈਟਰ ਕਿਸੇ ਤਰੀਕੇ ਬਾਰੇ ਪਤਾ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ